अति संवेदनशील मन्ने जांदे सरहदी जिले पठानकोट विच पुलिस प्रशासन पूरी तरह चौकस है। गणतंतर दिवस नूं लैके पुलिस वल्लों वख-वख थावां ते सर्च ऑपरेशन चलाए जा रहे ने तां जो कोई भी अणसुखावी घटना ना वापर सके। पुलिस पार्टी ने रेलवे स्टेशन ते चैकिंग अभियान चलाया। इस दौरान यात्रियों दे समान दी चैकिंग की गई। लोग बिना खौफ दे गणतंत्र दिवस का जश्न मनाउण इसलिए पुलिस वल्लों चौकसी वधा दित्ती गई है ते हर आण जाण वाले व्यक्ति ते पैनी नजर रखी जा रही है। ਜਿਹੜਾ ਪਠਾਨਕੋਟ ਡਿਸਟ੍ਰਿਕਟ ਹੈ ਇਹ ਬਾਰਡਰ ਸਟੇਟ ਹੈਗੀ ਹੈ, ਬਾਰਡਰ ਡਿਸਟ੍ਰਿਕਟ ਹੈਗਾ ਇਹਦਾ ਜੈਨਕ ਨਾਲ ਵੀ ਬਾਰਡਰ ਲੱਗਦਾ, ਪਾਕਿਸਤਾਨ ਨਾਲ ਵੀ ਲੱਗਦਾ। ਸੋ ਇਹ ਵੈਸੇ ਤਾਂ ਸੈਂਸਟਿਵ ਹੀ ਰਹਿੰਦਾ, ਇਸ ਕਰਕੇ ਅਸੀਂ ਸਮੇਂ ਸਮੇਂ ਸਿਰ ਇਹਨੂੰ ਚੈੱਕ ਕਰਦੇ ਰਹਿੰਦੇ ਹਾਂ ਵੀ ਅਲੱਗ ਅਲੱਗ ਥਾਵਾਂ 'ਤੇ। ਕਰਾਊਡਰ ਪਲੇਸਿਸ 'ਤੇ ਅੱਜ ਅਸੀਂ ਰੇਲਵੇ ਸਟੇਸ਼ਨ ਚੈੱਕ ਕੀਤਾ, ਨਾਲ ਸਾਡੇ ਐਂਟੀ ਸੈਬੋਟਾਜ ਦੀ ਟੀਮ ਸੀਗੀ। ਸੋ ਇਹ ਚੈੱਕ ਕਰਕੇ ਇਹ ਨਾਲ ਇਹ ਵੀ ਚਲੋ ਵੀ ਕੋਈ ਮਾੜਾ ਅੰਸਰ ਉਹ ਦੂਰ ਰਹਿੰਦਾ, ਨਾਲ ਜਿਹੜਾ ਲੋਕਾਂ ਦੀ ਸੈਂਸ ਆਫ ਸਿਕਿਉਰਿਟੀ ਆਉਂਦੀ। ਇਹਦੇ ਵਿੱਚ ਅਸੀਂ ਦੇਖਦੇ ਹਾਂ ਵੀ ਸਾਡੇ ਕੋਲ ਜਿਹੜੇ ਐਂਟੀ ਸੈਬੋਟਾਜ ਟੀਮ ਦੇ ਜੋ ਜਿੰਨੇ ਇਕਿਉਪਮੈਂਟ ਹੈਗੇ ਇਹਨਾਂ ਦੇ, ਇਹਦੇ ਵਿੱਚ ਐਕਸਪਲੋਜੀ ਵਾਲੇ ਵੀ ਹੈਗੇ ਆ, ਡਰੱਗਸ ਵਾਲੇ ਵੀ ਹੈਗੇ, ਸਾਰਾ ਕੁਛ ਹੈਗਾ। ਅਸੀਂ ਕੋਈ ਵੀ ਕੰਟਰਾਬੈਂਡ ਕਿਸੇ ਤਰੀਕੇ ਦਾ ਵੀ ਜੋ ਵੀ ਪ੍ਰੋਹਿਬਿਟਡ ਹੈ ਉਹ ਸਾਰਾ ਚੈੱਕ ਕਰਦੇ ਹਾਂ। ਬਾਕੀ ਲੋਕਾਂ ਦੀ ਸ਼ਨਾਖਤ ਵਾਸਤੇ ਉਹਨਾਂ ਦਾ ਆਈ ਡੀ ਕਾਰਡ ਚੈੱਕ ਕਰਦੇ ਹਾਂ ਵੀ ਕੋਈ ਕਿੱਥੋਂ ਦਾ ਜਾਂ ਕਿਵੇਂ ਹੈਗਾ, ਕਿਉਂਕਿ ਇਹਦੇ ਨਾਲ ਵੀ ਥੋੜ੍ਹਾ ਡੈਟਰੈਂਟ ਇਫੈਕਟ ਰਹਿੰਦਾ ਲੋਕਾਂ ਦਾ। ਪਠਾਨਕੋਟ ਵਿੱਚ ਗਣਤੰਤਰ ਦਿਵਸ ਤੇ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਇਸ ਲਈ ਪੁਲਿਸ ਨੇ ਕਮਰ ਕੱਸ ਲਈ ਹੈ। ਸ਼ਹਿਰ 'ਚ ਸੁਰੱਖਿਆ ਕਰੜੀ ਕਰ ਦਿੱਤੀ ਗਈ ਹੈ ਤੇ ਜਨਤਕ ਥਾਵਾਂ ਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕੋਈ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਚੀਜ਼ ਵਿਖਾਈ ਦੇਣ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਪਠਾਨਕੋਟ ਤੋਂ ਧਰਮਿੰਦਰ ਠਾਕੁਰ, ਜਗਬਾਣੀ ਟੀਵੀ।